ਮੈਂ ਆਪਨੇ ਬਰਥਡੇ ਤੇ ਇੱਕ ਵੀਡੀਓ ਬਣਾਈ ਸੀ ਚਾਂਜਰ ਵਾਲੇ Song ਤੇ ਤੇ ਉਹ ਮਤਲਬ ਕਾਫੀ ਜਣਾਂ ਨੇ ਕਮੈਂਟ ਕੀਤੇ ਕਿ ਤੈਨੂੰ ਚਾਂਜਰ ਦੀ ਨਹੀਂ ਤੈਨੂੰ ਚਾਵੇਂ ਦੀ ਲੋੜ ਆ ਕੀ ਮਤ ਪਿਆਰ ਤੋ ਤੂੰ ਆਪਣੇ ਹਨਾ ਇਦਾਂ ਉਦਾਂ ਕਿ ਇਹ ਨੇਚਰਲ ਚੀਜ਼ਾਂ ਵਾਂ ਹਨਾ ਰੱਬ ਦੀਆਂ ਬਣਾਈਆਂ ਚੀਜ਼ਾਂ ਵਾਂ ਤੂੰ ਤਾਂ ਉਹਨੂੰ ਮੈਂ ਵੀ ਨਹੀਂ ਚੇਂਜ ਕਰ ਸਕਦੀ ਜਿਹੜੇ ਕਮੈਂਟ ਕਰਦੇ ਉਹ ਵੀ ਨਹੀਂ ਕਰ ਸਕਦੇ ਫਿਰ ਵੀ ਬਕਵਾਸ ਕਰਨੇ ਉਹਨਾਂ ਲਈ ਬਹੁਤ ਜ਼ਰੂਰੀ ਕਿਉਂਕਿ ਮੈਂ ਕਹਣਾ ਕਿ ਜੇ ਤੁਸੀਂ ਕਿਸੇ ਦੀ ਧੀ ਭੈਣ ਲਿਓ ਨਾ ਹੀ ਬੋਲੋ ਜਿਨ੍ਹਾਂ ਤੁਸੀਂ ਆਪਦੇ ਲਈ ਸੁਣ ਸਕਦੇ ਤਾਂ ਮੈਂ ਕਦੇ ਕਿਸੇ ਨੂੰ ਜ਼ਿਆਦਾ ਰਿਪਲਾਈ ਨਹੀਂ ਦਿੰਦਾ ਬਟ ਮੇਰੇ ਕਾਫੀ ਜਿਹੜੇ ਫਰੈਂਡ ਨੇ ਹਨ ਜਿਹੜੇ ਫੈਨਸ ਨੇ ਉਹ ਮੈਨੂੰ ਕਾਫੀ ਪਸੰਦ ਕਰਦੇ ਤੁ ਤਾਂ ਉਹ ਆਪਸ 'ਚ ਹੀ ਇੱਕ ਦੂਜੇ ਨੂੰ ਜਵਾਬ ਦੇ ਹੀ ਜਾਂਦੇ ਰਹਿੰਦੇ ਆ ਕਿ ਹਾਂ ਤੂੰ ਇਹਨੂੰ ਕਿਉਂ ਐਵੇਂ ਕਿਹਾ ਮਤਲਬ ਹਨਾ ਤੈਨੂੰ ਨਹੀਂ ਕਹਿਣਾ ਚਾਹੀਦਾ ਸੀ ਉਹ ਆਪਸ 'ਚ ਲੱਗ ਰਹੇ ਰਹਿੰਦੇ ਦੀ ਬੰਦੇ ਨਾਲ ਹੋਈ ਬੀਤੀ ਹੁੰਦੀ ਆ ਤੇ ਉਹ ਉਹ ਚੀਜ਼ ਦੱਸਣ ਲੱਗਿਆ ਬੰਦੇ ਨੂੰ ਆਟੋਮੈਟਿਕਲੀ ਹਨ ਪਰ ਗਿਆਂਦਾ ਕਿ ਇੰਨੀ ਛੋਟੀ ਏਜ ਵਿੱਚ ਤੁਸੀਂ ਇੰਨੀਆਂ ਚੀਜ਼ਾਂ ਫੇਸ ਕੀਤੀਆਂ ਲੋਕ ਤੁਹਾਨੂੰ ਕਿੱਦਾਂ ਜਜ ਕਰਦੇ ਜੇ ਤੁਸੀਂ ਕਿਸੇ ਦਾ ਹੱਥ ਫੜ ਕੇ ਉਹਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ ਤਾਂ ਤੁਸੀਂ ਉਹਨੂੰ ਪਿੱਛੇ ਵੀ ਨਾ ਕਰੋ। ਪਰ ਮੈਂ ਆਪਣੇ ਪਿਛਲੇ ਇੰਟਰਵਿਊ 'ਚ ਕਿਹਾ ਸੀਗਾ ਕਿ ਮੈਂ ਨਾ ਫਰੂਟ ਨਹੀਂ ਖਾਤੇ ਮਹਿੰਗੇ। ਦੀ ਵੇਖੀ ਯਾਦ ਤੇ ਅਸੀਂ ਕਦੇ ਦੁੱਧ ਪੀ ਕੇ ਨਹੀਂ ਸੁੱਤੇ ਉਸ ਚੀਜ਼ ਤੇ ਕਾਫੀ ਜਨਨ ਨੇ ਟਰੋਲ ਵੀ ਕੀਤੇ ਕਿ ਹਾਂ ਇਹਨਾਂ ਦੇ ਤਾਂ ਮਗਰਮੱਛ ਦੇ ਅਥਰੂ ਆ ਐਨੇ ਮਤਲਬ ਵਧੀਆ ਕੱਪੜੇ ਨਵੇਂ ਪਾ ਕੇ ਇਹਨਾਂ ਨੂੰ ਰੀਲਾਂ ਦੇ ਪੈਸੇ ਉਹਦੇ ਪੈਸੇ ਆ ਜਾਂਦੇ ਆ ਤੇ ਉਹਨਾਂ ਜਿੰਨਾਂ ਕੋਈ ਘਰ ਚੋਂ ਲੈਣ ਲਈ ਪੈਸੇ ਨਹੀਂ ਹੈਗੇ ਮੇਰੀਆਂ ਫਰੈਂਡਾਂ ਤੋਂ ਨਹੀਂ ਚੰਦਰਾ ਹੁਣ ਲੈਂਦਾ ਮੇਰੀ ਕੱਲੀ ਕੱਲੀ ਸਾਰ ਨੂੰ ਗੂਗਲ ਤੋਂ ਫਿਰ ਇਹ ਨਹੀਂ ਸਰਚ ਕਰਦਾ ਕਿਦਾਂ ਆ ਮਣਾਉਣਾ ਮੁਟਿਆਰ ਨੂੰ ਕਹਿੰਦਾ ਡਫਰੇ ਜੀ ਇਹ ਨਹੀਂ ਕਾ ਤੋ ਕਰੇ ਅੜੀਆਂ ਕਾ ਤੋ ਇਨਾ ਤੜਫੋਨੀਆ ਤੂ ਯਾਰ ਨੂੰ ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ ਤੇ ਮੈਂ ਹਾਂ ਅਫਤਾਰ ਸਿੰਘ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਫਿਰੋਜ਼ਪੁਰ ਤੇ ਪਿੰਡ ਸਤੀਏ ਵਾਲਾ ਉਹਦੇ ਵਿੱਚ ਇੱਥੇ ਆਂਦਾ ਜਿਹੜਾ ਖਾਸ ਮਕਸਦ ਸੀਗਾ ਸੋਸ਼ਲ ਮੀਡੀਆ ਨੇ ਕਈ ਅਜਿਹੇ ਚਿਹਰੇ ਨੂੰ ਜਿਹੜਾ ਨਾਮ ਦਿੱਤਾ ਹੈਗਾ ਜਿਨ੍ਹਾਂ ਦੀ ਪਛਾਣ ਨਹੀਂ ਸੀ ਅਜਿਹੇ ਹੀ ਇੱਕ ਚਿਹਰੇ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਆ ਜੋ ਅੱਜ ਮਾਲਵੇਦੀ ਇੰਸਟਾ ਸਟਾਰ ਦੇ ਨਾਮ ਤੇ ਜਾਣੀ ਜਾਂਦੀ ਹੈ ਸਰਬਜੀਤ ਕੌਰ ਜਿਹੜੀ ਹੈ ਮਾਲਵੇਦੀ ਇੰਸਟਾ ਜਿਹੜੀ ਆਪਾਂ ਕਹਿ ਸਕਦੇ ਹੈਗੇ ਰਾਣੀ ਹੈਗੀ ਉਹ ਜਿਹੜੀ ਇਸ ਸਮੇਂ ਰੀਲ ਬਣਾ ਰਹੀ ਹੈ ਤੇ ਆਓ ਆਪ ਗੱਲਬਾਤ ਕਰਦੇ ਹਾਂ ਤੇ ਪੂਰੀ ਜਿਹੜੀ ਕਹਾਣੀ ਇਹਨਾਂ ਦੀ ਹੈ ਕਿ ਕਿਸ ਤਰ੍ਹਾਂ ਇੱਕ ਛੋਟੇ ਜਿਹੇ ਘਰ ਦੇ ਵਿੱਚੋਂ ਉੱਠ ਕੇ ਅੱਜ ਇੰਸਟਾ ਤੇ ਜਿਹੜਾ ਹੈਗਾ ਆਪਣੇ 1 ਲੱਖ ਤੋਂ ਜਿਹੜੇ ਵੱਧ ਜਿਹੜੇ ਫੋਲੋਅਰਸ ਬਣਾਣੇ ਹੈਗੇ ਉਹਦੇ ਪਿੱਛੇ ਕਿਸ ਤਰ੍ਹਾਂ ਦੇ ਜਿਹੜੇ ਕਾਰਨ ਰਏ ਆ ਔਕੜਾ ਜੜੀਆਂ ਕਿਸ ਤਰ੍ਹਾਂ ਦੀਆਂ ਰਹੀਆਂ ਕੀ ਹਾਲ ਹੈ ਸਰਬਜੀ ਜੀ ਵਧੀਆ ਜੀ ਸਸਟ ਕਰ ਸਰ ਇੱਕ ਸਮੇਂ ਸੀ ਜਿਹੜਾ ਤੁਹਾਨੂੰ ਕਦੇ ਨਹੀਂ ਜਾਣਦੇ ਸੀ ਲੋਕ ਅੱਜ ਜਿਹੜੇ ਤੁਹਾਡੇ ਇੱਕ ਚਿਹਰਾ ਪਛਾਣਦੇ ਆ ਕੀ ਮੰਨਦੇ ਹੋ ਕਿਵੇਂ ਮਹਿਸੂਸ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਕੀ ਮਤਲਬ ਹਰ ਇੱਕ ਘਰ ਚ ਇਦਾਂ ਹੁੰਦਾ ਕਿ ਬੱਚੇ ਦੇ ਮੰਮੀ ਡੈਡੀ ਦੇ ਨਾਮ ਤੋਂ ਉਹਨੂੰ ਜਾਣਿਆ ਜਾਂਦਾ ਪਰ ਸਾਡੇ ਹੁਣ ਅਲੱਗ ਹੋ ਗਿਆ ਕਿ ਮੇਰੇ ਨਾਮ ਨਾਲ ਮੇਰੇ ਮੰਮੀ ਇਹਨਾਂ ਨੂੰ ਬੁਲਾਇਆ ਜਾਂਦਾ ਕਿ ਤੁਸੀਂ ਸਰਬ ਦੇ ਮम्मा ਤੇ ਉਦੋਂ ਉਸ ਟਾਈਮ ਮੇਰੇ ਤੋਂ ਜ਼ਿਆਦਾ ਮੇਰੇ ਫੈਮਿਲੀ ਨੂੰ ਪ੍ਰਾਊਡ ਫੀਲ ਹੁੰਦਾ ਕਿ ਹਾਂ ਸਾਡੀ ਕੁੜੀ ਦਾ ਨਾਮ ਬਣ ਗਿਆ ਇੱਕ ਅੱਛਾ ਕਿੰਨੀ ਤੁਹਾਡੀ ਉਮਰ ਹੈਗੀ ਜਾਂ ਪੜ ਰਹੇ ਹੋ ਜੀ ਹਾਂ ਜੀ ਮੈਂ 21 ਸਾਲ ਦੀ ਹਾਂ ਤੇ ਮੈਂ ਬੀਏ ਕਰ ਰਹੀ ਹਾਂ ਇਸ ਟਾਈਮ ਹਾਂ ਜੀ ਕਿੱਥੇ ਕਰ ਰਹੇ ਹੋ ਬੀਏ ਪ੍ਰਾਈਵੇਟ ਸੈਸ਼ਨ ਚ ਕਰ ਰਹੀ ਹਾਂ ਓਪਨ ਚ ਚੰਡੀਗੜ੍ਹ ਯੂਨੀਵਰਸਿਟੀ ਹਾਂਜੀ ਤੇ ਲੋਕ ਪਛਾਣਦੇ ਆ ਹੁਣ ਜਦੋਂ ਤੁਸੀਂ ਜਾਂਦੇ ਦੁਰਦੁਰ ਕਿਵੇਂ ਰਿਸਪੌਂਸ ਕੀ ਰਹਿੰਦਾ ਲੋਕਾਂ ਦਾ ਉਹ ਬਹੁਤ ਵਧੀਆ ਰਿਸਪੌਂਸ ਹੁੰਦਾ ਉਸ ਟਾਈਮ ਮਤਲਬ ਮੈਨੂੰ ਵੀ ਲੱਗਦਾ ਕਿ ਯਾਰ ਬੰਦਾ ਓਵਰ ਹੋ ਗਿਆ ਕਿ ਐਵੇਂ ਮਤਲਬ ਅਸੀਂ ਤੁਹਾਨੂੰ ਫੋਲੋ ਕਰਦੇ ਹਾਂ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆ ਹਨਾ ਤਾਂ ਉਹ ਚੀਜ਼ਾ ਮਤਲਬ ਐਦਾਂ ਹੁੰਦਾ ਸੀ ਕਿ ਪਹਿਲਾਂ ਅਸੀਂ ਕਿਸੇ ਦੇ ਫੈਨ ਸੀ ਉਹ ਜਿੰਨਾਂ ਲੋਕਾਂ ਨੂੰ ਮੈਂ ਵੇਖਦੀ ਸੀ ਅੱਜ ਮੈਂ ਉਹ ਮੇਰੇ ਨਾਲ ਗੱਲ ਵੀ ਕਰਦੇ ਆ ਤੇ ਉਸ ਟਾਈਮ ਬਹੁਤ ਵਧੀਆ ਵਧੀਆ ਫੀਲ ਹੁੰਦਾ ਕਿ ਹਾਂ ਜਿਵੇਂ ਲੋਕ ਜਾਣਦੇ ਆ ਕਿਹਨੂੰ ਫੋਲੋ ਕਰਦੇ ਸੀਗੇ ਜਾਂ ਕਿਹਨਾਂ ਨੂੰ ਵੇਖਦੇ ਸੀ ਆਹ ਮੋੜਾ ਟਿਕਟੌਕ ਤੇ ਵੀ ਇਹ ਦੀਨ ਦੇਸੀ ਕੁੜੀਆਂ ਨੂੰ ਮੁੰਡਿਆਂ ਨੂੰ ਨਾਰਮਲ ਤਾਂ ਤੇ ਜਦੋਂ ਰੀਲ ਪਾਈ ਹੈ ਜਾਂ ਸ਼ੁਰੂਆਤ ਕਿਵੇਂ ਕੀਤੀ ਸੀ ਕਿ ਜਿਹੜੇ ਹੈਗੇ ਅੱਜ ਕਾਫੀ ਜਿਹੜੇ ਫੋਲੋਅਰਸ ਹੈਗੇ ਨਾਰਮਲ ਹੀ ਕੀਤੀ ਸੀ ਕਿ ਹਾਂ ਤੁਰਦੇ ਫਿਰਦੇ ਵੀਡੀਓ ਬਣਾ ਲਈ ਫਿਰ ਜਦੋਂ ਲਾਈਕ ਹੋਣ ਲੱਗੇ ਫਿਰ ਇੰਟਰਸਟ ਬਣ ਗਿਆ ਕਿ ਹਾਂ ਲੋਕ ਪਸੰਦ ਕਰਦੇ ਆ ਤੇ ਆਪਾਂ ਨੂੰ ਆਉਣਾ ਚਾਹੀਦਾ ਕਿਉਂਕਿ ਫੈਮਿਲੀ ਨੇ ਵੀ ਸਪੋਰਟ ਕੀਤਾ ਕਿ ਚਲੋ ਕੋਈ ਗੱਲ ਨਹੀਂ ਕਿ ਕਿਉਂਕਿ ਹੋਰ ਵੀ ਤਾਂ ਕੁੜੀਆਂ ਬਣਾਉਂਦੀਆਂ ਆ ਤੇ ਕੋਈ ਆਪਾਂ ਕਿਹੜਾ ਕਿਤੇ ਬਾਹਰ ਜਾਣਾ ਫੋਨ 'ਚ ਹੀ ਆਣਾ ਸਾਰਾ ਕੁਝ ਇਹ ਲੋਕ ਜਿਹੜੇ ਨੈਗੇਟਿਵ ਜਿਹੜੇ ਕਮੈਂਟਸ ਵੀ ਮਾਰਕ ਕਰਦੇ ਆ ਹਨਾ ਕਾਫੀ ਕੁਝ ਜਿਹੜਾ ਕਹਿੰਦੇ ਵੀ ਹੈਗੇ ਉਦੋਂ ਕੀ ਰਿਐਕਸ਼ਨ ਦਿੰਦੇ ਵੈਸੇ ਤਾਂ ਮੈਂ ਕਦੇ ਕਿਸੇ ਨੂੰ ਜ਼ਿਆਦਾ ਰਿਪਲਾਈ ਨਹੀਂ ਦਿੰਦਾ ਬਟ ਮੇਰੇ ਕਾਫੀ ਜਿਹੜੇ ਫਰੈਂਡ ਨੇ ਹਨ ਜਿਹੜੇ ਫੈਨਸ ਨੇ ਉਹ ਮੈਨੂੰ ਕਾਫੀ ਪਸੰਦ ਕਰਦੇ ਤਾ ਉਹ ਆਪਸ 'ਚ ਹੀ ਇੱਕ ਦੂਜੇ ਨੂੰ ਜਵਾਬ ਦੇ ਹੀ ਜਾਂਦੇ ਰਹਿੰਦੇ ਆ ਕਿ ਹਾਂ ਤੂੰ ਇਹਨੂੰ ਕਿਉਂ ਐਵੇਂ ਕਿਹਾ ਮਤਲਬ ਹਨਾ ਤੈਨੂੰ ਨਹੀਂ ਕਹਿਣਾ ਚਾਹੀਦਾ ਸੀ ਉਹ ਆਪਸ 'ਚ ਲੱਗ ਰਹੇ ਨੇ ਤਾਂ ਮੈਂ ਵੀ ਉਹਨਾਂ ਨੂੰ ਇਹ ਗੱਲ ਕਹਿਣੀ ਕਿ ਜੇ ਤੁਸੀਂ ਗਲਤ ਬੋਲਦੇ ਹੋ ਤਾਂ ਹਨਾ ਮੈਂ ਉਹਨਾਂ ਨੂੰ ਬੋਲ ਕੇ ਜਵਾਬ ਦੇਣਾ ਪਸੰਦ ਨਹੀਂ ਕਰਦਾ ਕਿਸੇ ਨੂੰ ਵੀ ਜੋ ਕਮੈਂਟਸ ਦਾ ਜਿਹੜੇ ਰਿਪਲਾਈ ਜਾਂਦੇ ਫਿਰ ਗਾਲ ਵੀ ਉਹ ਚ ਇੱਕ ਦੂਜੇ ਨੂੰ ਕੱਢ ਦਿੰਦੇ ਉਹ ਕੱਢ ਦਿੰਦੇ ਆਪਸ ਵਿੱਚ ਇੱਕ ਦੂਜੇ ਨੂੰ ਗਾਲਾਂ ਗੋਲਾਂ ਵੀ ਕੱਢ ਦਿੰਦੇ ਕਈ ਵਾਰੀ ਤਾਂ ਇੱਕ ਦੂਜੇ ਨੰਬਰ ਚੇਂਜ ਕਰ ਇੱਕ ਪਤਾ ਨਹੀਂ ਗਾਲ ਗੋਲ ਵੀ ਸ਼ਾਇਦ ਪਾਏ ਜਾਂਦੇ ਹੁਣ ਪਰ ਪਰ ਮੈਂ ਕਦੇ ਕਿਸੇ ਨੂੰ ਰਿਪਲਾਈ ਨਹੀਂ ਕੀਤਾ ਕਿਦੋਂ ਜਿਹੜੇ ਕਮੈਂਟਸ ਆਏ ਸੀ ਜਿਹੜੇ ਕਹਿੰਦੇ ਸੀ ਕਿ ਪਹਿਲਾਂ ਜਦੋਂ ਕੀਤੀ ਸੀਗੀ ਕੋਈ ਚਾਂਜਰ ਵਾਲੀ ਸੀ ਮੈਂ ਆਪਣੇ ਬਰਥਡੇ ਤੇ ਇੱਕ ਵੀਡੀਓ ਬਣਾਈ ਸੀ ਚਾਂਜਰ ਵਾਲੇ Song ਤੇ ਤੇ ਉਹ ਮਤਲਬ ਕਾਫੀ ਜਣਾਂ ਨੇ ਕਮੈਂਟ ਕੀਤੇ ਕਿ ਤੈਨੂੰ ਚਾਂਜਰ ਦੀ ਨਹੀਂ ਤੈਨੂੰ ਝਾਵੇਂ ਦੀ ਲੋੜ ਆ ਕੀ ਮਤ ਪਿਆਰ ਤੋਂ ਤੂੰ ਆਪਣੇ ਹਨਾ ਇਦਾਂ ਉਦਾਂ ਕਿ ਇਹ ਨੇਚਰਲ ਚੀਜ਼ਾਂ ਵਾਂ ਹਨਾ ਰੱਬ ਦੀਆਂ ਬਣਾਈਆਂ ਚੀਜ਼ਾਂ ਵਾਂ ਤਾਂ ਉਹ ਉਹਨੂੰ ਮੈਂ ਵੀ ਨਹੀਂ ਚੇਂਜ ਕਰ ਸਕਦੀ ਜਿਹੜੇ ਕਮੈਂਟ ਕਰਦੇ ਉਹ ਵੀ ਨਹੀਂ ਕਰ ਸਕਦੇ ਫਿਰ ਵੀ ਬਕਵਾਸ ਕਰਨੇ ਉਹਨਾਂ ਲਈ ਬਹੁਤ ਜ਼ਰੂਰੀ ਕਿਉਂਕਿ ਮੈਂ ਕਹਣਾ ਕਿ ਜੇ ਤੁਸੀਂ ਕਿਸੇ ਦੀ ਧੀ ਭੈਣ ਲਈ ਉਹਨਾਂ ਹੀ ਬੋਲੋ ਜਿਨ੍ਹਾਂ ਤੁਸੀਂ ਆਪਦੇ ਲਈ ਸੁਣ ਸਕਦੇ ਹੋ ਠੀਕ ਆ ਤੇ ਫਿਰ ਜੇ ਤੁਸੀਂ ਆਪਦੇ ਲਈ ਤੁਸੀਂ ਇਹ ਸੋਚੋ ਕਿ ਜੇ ਜੇ ਅਸੀਂ ਆਪਦੀ ਨੂੰ ਇਹ ਗੱਲ ਕਹੀਏ ਤਾਂ ਤੁਹਾਨੂੰ ਕੀ ਫੀਲ ਹੋਊਗਾ ਹਣਾ ਤਾਂ ਫਿਰ ਇਸ ਕਰਕੇ ਉਹਨਾਂ ਕੀ ਬੋਲੋ ਕਿ ਜਿੰਨਾ ਤੁਸੀਂ ਖੁਜ ਬਰਦਾਸ਼ ਕਰ ਸਕਦੇ। ਕਈ ਵਾਰੀ ਹੋਇਆ ਕਿ ਜੋ ਸਾਹਮਣੇ ਹੋਈ ਹੈ ਤੇ ਗਾਲੀ ਕੱਢ ਦਿੰਦੇ। ਨਹੀਂ ਮੈਂ ਗਾਲਾ ਨਹੀਂ ਕੱਢਦੀ। ਮੈਂ ਗਾਲਾ ਵੈਸੇ ਵੀ ਨਹੀਂ ਕੱਢਦੀ ਤੇ ਰਹੀ ਗੱਲ ਜਵਾਬ ਦੇਣ ਦੀ ਤਾਂ ਮੈਂ ਆਪਣੀ ਸਕਸੈਸ ਨਾਲ ਹਰ ਇੱਕ ਚੀਜ਼ ਦਾ ਜਵਾਬ ਦੇਣਾ ਚਾਹੁੰਦੀ। ਕਿ ਤਾਂ ਕਿ ਕਾਫੀ ਜਣੇ ਜਿੱਦਾਂ ਮਤਲਬ ਸਟਾਰਟਿੰਗ ਕੀਤੀ ਤਾਂ ਰਿਸ਼ਤੇਦਾਰਾਂ ਨੇ ਬੋਲਿਆ ਹਨਾ ਆਂਡ ਗਵਾਨਨੇ ਕਿ ਹਾਂ ਕੁੜੀ ਨੂੰ ਤੁਸੀਂ ਕਿਹੜੇ ਕੰਮ ਲਾਇਆ ਹਨਾ ਤਾਂ ਉਹਨਾਂ ਦੇ ਮੂੰਹ ਬੰਦ ਹੋਏ ਹਨਾ ਨਿਕ ਨਾਲ ਬਾਕੀ ਜਿਹੜੇ ਰਹਿੰਦੇ ਹੁੰਦੇ ਹਨਾ ਉਹ ਅੱਗੇ ਜਦੋਂ ਆਪਾਂ ਕੰਮ ਕਰਾਂਗੇ ਤਾਂ ਫਿਰ ਉਹ ਵੀ ਹੋ ਜਾਣਗੇ ਕਿਉਂਕਿ ਕਿਉਂਕਿ ਨਾ ਮਤਲਬ ਕਾਫੀ ਇਦਾਂ ਦੀ ਕਮੈਂਟਰੀ ਹੋਈ ਇੰਟਰਵਿਊਸ ਤੋਂ ਬਾਅਦ ਕਿ ਰੋ ਕੇ ਪਖੰਡ ਕਰਦੀਆਂ ਪੈਸਿਆਂ ਲਈ ਇਦਾਂ ਉਦਾਂ ਇਦਾਂ ਦਾ ਕੁਝ ਨਹੀਂ ਸੀ ਠੀਕ ਆ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਉਹ ਰੋਵੇ ਠੀਕ ਆ ਕਿਸੇ ਦੀ ਬੰਦੇ ਨਾਲ ਹੋਈ ਬੀਤੀ ਹੁੰਦੀ ਆ ਤੇ ਉਹ ਉਹ ਚੀਜ਼ ਦੱਸਣ ਲੱਗਿਆ ਬੰਦੇ ਨੂੰ ਆਟੋਮੈਟਿਕਲੀ ਹਨ ਪਰ ਗਿਆਂਦਾ ਕਿ ਇੰਨੀ ਛੋਟੀ ਏਜ ਵਿੱਚ ਤੁਸੀਂ ਇੰਨੀਆਂ ਚੀਜ਼ਾਂ ਫੇਸ ਕੀਤੀਆਂ ਲੋਕ ਤੁਹਾਨੂੰ ਕਿੱਦਾਂ ਜੱਜ ਕਰ ਰਹੇ ਜੇ ਤੁਸੀਂ ਕਿਸੇ ਦਾ ਹੱਥ ਫੜ ਕੇ ਉਹਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ ਤਾਂ ਤੁਸੀਂ ਉਹਨੂੰ ਪਿੱਛੇ ਵੀ ਨਾ ਕਰੋ ਮੈਂ ਆਪਣੇ ਪਿਛਲੇ ਇੰਟਰਵਿਊ ਚ ਕਹਿਆ ਸੀਗਾ ਕਿ ਮੈਂ ਨਾ ਫਰੂਟ ਨਹੀਂ ਖਾਦੇ ਮਹੰਗੇ ਕਿ ਵੇਖੇ ਜਾਂ ਤੇ ਅਸੀਂ ਕਦੇ ਦੁੱਧ ਪੀ ਕੇ ਨਹੀਂ ਸੁੱਤੇ ਉਸ ਚੀਜ਼ ਤੇ ਕਾਫੀ ਜਣਾਂ ਨੇ ਟਰੋਲ ਵੀ ਕੀਤੇ ਕਿ ਹਾਂ ਇਹਨਾਂ ਦੇ ਤਾਂ ਮਗਰਮਚ ਦੇ ਅਥਰੂ ਆ ਇੰਨੇ ਮਤਲਬ ਵਧੀਆ ਕੱਪੜੇ ਨਵੇਂ ਪਾ ਕੇ ਇਹਨਾਂ ਨੂੰ ਰੀਲਾਂ ਦੇ ਪੈਸੇ ਉਦੋਂ ਪੈਸੇ ਆ ਜਾਂਦੇ ਆ ਤੇ ਉਹਨਾਂ ਜਿੰਨਾਂ ਕੋਈ ਘਰ ਚੋਂ ਲੈਣ ਲਈ ਪੈਸੇ ਨਹੀਂ ਹੈਗੇ ਤੁਸੀਂ ਸਿਰਫ ਜੱਜ ਕਰ ਸਕਦੇ ਹੋ ਤੁਹਾਨੂੰ ਨਹੀਂ ਪਤਾ ਕਿ ਬੰਦੇ ਦੀ ਰੀਅਲ ਲਾਈਫ ਕੀ ਆ ਕਿਉਂਕਿ ਰੀਅਲ ਲਾਈਫ ਤੇ ਰੀਅਲ ਲਾਈਫ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਤੇ ਰੀਅਲ ਲਾਈਫ 'ਚ ਦਿਖਾਉਣਾ ਪੈਂਦਾ ਹੈ ਬੰਦੇ ਨੂੰ ਸਾਰਾ ਕੁਝ ਤਾਂ ਤੁਸੀਂ ਮਤਲਬ ਜੇ ਨਹੀਂ ਕਰ ਸਕਦੇ ਸਪੋਰਟ ਤਾਂ ਨਾ ਕਰੋ ਬਟ ਇਦਾਂ ਕਿਸੇ ਨੂੰ ਟ੍ਰੋਲ ਨਾ ਕਰੋ ਫालतू 'ਚ ਉਹ ਵੀਡੀਓ ਮੈਂ ਜਦੋਂ ਵੇਖੀ ਸੀ ਤਾਂ ਮੈਂ ਇੰਨਾ ਰੋਈ ਸੀ ਕਿ ਹੱਦ ਨਹੀਂ ਸੀ ਕਿਉਂ ਬੰਦੇ ਨੇ ਇੰਨਾ ਟਰੋਲ ਕੀਤਾ ਕਿ ਹਾਂ ਤੁਹਾਡੇ ਕੋਲੇ ਦੁੱਧ ਪੀਣ ਨੂੰ ਨਹੀਂ ਪੈਸੇ ਅੱਗੇ ਮਹਿੰਗੇ ਸੂਟ ਪਾਉਣ ਨੂੰ ਹੈਗੇ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਜਿਹੜੇ ਸੂਟ ਆ ਉਹ ਅਸੀਂ ਸੈਕੰਡ ਹੈਂਡ ਸੂਟ ਸੀ ਕਿ ਜਿੰਨਾ ਕਰ ਅਸੀਂ ਕੰਮ ਕਰਦੇ ਆ ਅਸੀਂ ਉਹਨਾਂ ਦੇ ਕੱਪੜੇ ਠੀਕ ਕਰ ਕਰਕੇ ਪਾਏ ਜੇ ਤੁਹਾਨੂੰ ਨਹੀਂ ਪਤਾ ਫਿਰ ਤੁਸੀਂ ਨਾ ਬੋਲੋ ਸਾਡੇ ਲਈ ਹੋਰ ਵੀ ਕਈ ਕਮੈਂਟਸ ਕਰਦੇ ਆ ਹਨਾ ਰੰਗ ਨੂੰ ਲੈ ਕੇ ਵੀ ਕਰਦੇ ਉਦੋਂ ਮਹਿਸੂਸ ਹੁੰਦਾ ਕੁਝ ਕੀ ਦッコ ਹਰੇਕ ਚੀਜ਼ ਨੂੰ ਕੁਦਰਤ ਨੇ ਬਣਾਇਆ ਠੀਕ ਆ ਤੇ ਜੇ ਤੁਸੀਂ ਹਨਾ ਮੇਰੇ ਤੁੰਗਲ ਚੱਕ ਰਹੇ ਨਾ ਮਤਲਬ ਤੁਸੀਂ ਰੱਬ ਤੇ ਚੱਕ ਰਹੇ ਆ ਕੁਦਰਤ ਤੇ ਠੀਕ ਆ ਤੂੰ ਕਾਲੀ ਆ ਤੂੰ ਇਦਾਂ ਵਾ ਤੂੰ ਇਦਾਂ ਵਾ ਮੈਂ ਉਹਦੇ ਚ ਮੇਰੀ ਤਾਂ ਕੋਈ ਗਲਤੀ ਨਹੀਂ ਠੀਕ ਆ ਤੇ ਫਿਰ ਤੁਸੀਂ ਕਿਉਂ ਕਹਿ ਰਹੇ ਹੋ ਜਾਂ ਤਾਂ ਫਿਰ ਜੇ ਤੁਸੀਂ ਕਰ ਸਕਦੇ ਹੋ ਫਿਰ ਤੁਸੀਂ ਕਰੋ ਚੇਂਜ ਹਨਾ ਕਿ ਉਂਗਲ ਚੱਕਣੀ ਬਹੁਤ ਸੌਖੀ ਆ ਪਰ ਚੇਂਜ ਕਰਨਾ ਬਹੁਤ ਔਖਾ ਪਰ ਇੱਕ ਟੈਲੈਂਟ ਤਾਂ ਹੈ ਰੱਬ ਨੇ ਦਿੱਤਾ ਨਾ ਗੁਣ ਦਿੱਤਾ ਹਾਂਜੀ ਤਾਂ ਹੀ ਉਸ ਟੈਲੈਂਟ ਨੂੰ ਲੈ ਕੇ ਲੋਕ ਕਿੰਨੀ ਸਪੋਰਟ ਕਰ ਰਹੇ ਆ ਤੇ ਮੈਂ ਕਿਸੇ ਨਾਲ ਕੁਝ ਮਾੜਾ ਨਹੀਂ ਕੀਤਾ ਨਾ ਮੈਂ ਕਰ ਰਹੀ ਠੀਕ ਆ ਨਾ ਮੈਂ ਆਪਣਾ ਕਦੇ ਡਰੈਸ ਅਪ ਗਲਤ ਹੋਇਆ ਨਾ ਮੈਂ ਕਦੇ ਕਿਸੇ ਨੂੰ ਗਲਤ ਬੋਲੀ ਠੀਕ ਆ ਕਿਉਂਕਿ ਆਪਣੇ ਇੱਕ ਲਿਮਟ ਚ ਰਹਿ ਕੇ ਵੀਡੀਓ ਬਣਾਉਨੇ ਆ ਕਿਉਂਕਿ ਆਪਦੇ ਘਰ ਦੇ ਦੀ ਇੱਜ਼ਤ ਕਰਦੇ ਆ ਤੇ ਆਪਦੀ ਵੀ ਠੀਕ ਆ ਅਸੀਂ ਕਿਸੇ ਕੋਈ ਲਚਪੁਣਾ ਨਹੀਂ ਪਾ ਰਹੇ ਆਪਦੀ ਲਿਮਟ ਚ ਰਹਿਨੇ ਆ ਹਮੇਸ਼ਾ ਲੋਕ ਫਿਰ ਕਮੈਂਟਸ ਦੇ ਨਾਲ ਜਿਹੜਾ ਹੈਗਾ ਗਲਤ ਨਿਗਾਣਾ ਵੀ ਦੇਖਦੇ ਆ ਜਦੋਂ ਇਧਰ ਤੋਂ ਚੱਲਦੇ ਆ ਨਹੀਂ ਦਾਦਾ ਜ਼ਿਆਦਾਤਰ ਤਾਂ ਕੁਛ ਨਹੀਂ ਇਦਾਂ ਦਾ ਕਿਉਂਕਿ ਡਰ ਹੁੰਦਾ ਅਗਲੇ ਨੂੰ ਕਿ ਹਾਂ ਜੇ ਕੁੜੀ ਇੰਨੀ ਫੇਮਸ ਆ ਤਾਂ ਕੁਝ ਵੀ ਹੋ ਸਕਦਾ। ਜਿਵੇਂ ਕੱਪੜੇ ਤੋੜੇ ਜਿਹੜੇ ਫਿਰ ਜਿੱਥੇ ਤੁਸੀਂ ਕੰਮ ਕਰਦੇ ਹੋ ਘਰਾਂ ਦੇ ਵਿੱਚ ਹਨਾ ਪਤਾ ਲੱਗਿਆ ਕਿ ਘਰ ਦਾ ਕੰਮ ਕਰਦੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਉਹਨੂੰ ਉੱਥੋਂ ਜਿਹੜਾ ਪੈਸਾ ਆਉਂਦਾ ਘਰ ਜਿਹੜਾ ਹੈਗਾ ਉਹਦੇ ਨਾਲ ਚੱਲਦਾ ਜਿਦਾ। ਹਾਂਜੀ ਉਹਨਾਂ ਉਹਨਾਂ ਪੈਸਿਆਂ ਨਾਲ ਹੀ ਘਰ ਚੱਲਦਾ ਸਾਰਾ ਕਿਉਂਕਿ ਮਤਲਬ ਮੰਮੀ ਹੁਣੀ ਪੜੇ ਲਿਖੇ ਤਾਂ ਹੈ ਨਹੀਂ ਜ਼ਿਆਦਾ ਤਾਂ ਫਿਰ ਉਹ ਜੋ ਉਹਨਾਂ ਨੂੰ ਸੋਖਾ ਲੱਗਦਾ ਸੀ ਉਹਨਾਂ ਨੇ ਉਹ ਜੇ ਜਦੋਂ ਫਿਰ ਪਹਿਲੀ ਜਦੋਂ ਕਿਹੜੀ ਬਣਾਈ ਸੀ ਰੀਲ ਜਿਹੜੀ ਸਟਾਰਟਿੰਗ ਜਿਹੜੀ ਹੈ ਹੈ ਹਾਂਜੀ ਯਾਦ ਆ ਮੈ ਮੇਰੀ ਮੇਰੀ ਫਰੈਂਡ ਦਾ ਵਿਆਹ ਸੀਗਾ ਤੇ ਮੈਂ ਤੇ ਮੇਰੀ ਕਜ਼ਨ ਵਿਆਹ ਤੇ ਗਏ ਸੀ ਤੇ ਅਸੀਂ ਉਸ ਟਾਈਮ ਵੀਡੀਓ ਬਣਾਈ ਸੀ ਗਗਨ ਕੁਕਰੀ ਦੇ ਗਾਣੇ ਤੇ ਕਰੀ ਬਣੇ ਕਟੌਣ ਵੇਲੇ ਸਾਲੀ ਆਖਦੀ ਹੈ ਨਾ ਜੀਜਾ ਕਰਦਾ ਏ ਛੇੜਖਾਨੀਆਂ ਤੇ ਉਹ ਵੀਡੀਓ ਨੂੰ ਫਰਸਟ ਵੀਡੀਓ ਸੀ ਜਿੰਨੂੰ 2500 ਵਿਊ ਹੋਏ ਸੀ ਤੇ 500 ਲਾਈਕ ਤੇ ਉਹ ਖੁਸ਼ੀ ਮਤਲਬ ਇੰਨੀ ਜ਼ਿਆਦਾ ਸੀ ਕਿ ਅੱਜ 5000 ਵੀ ਹੋ ਜਾਂਦਾ ਤੇ ਉਹ ਖੁਸ਼ੀ ਦੀ ਤੇ ਮਤਲਬ ਉਹ ਖੁਸ਼ੀ ਇੰਨੀ ਸੀ ਤੇ ਉਸ ਤੋਂ ਬਾਅਦ ਉਹਨੇ ਮਤਲਬ ਬਣਾਉਣ ਲੱਗੇ ਕਿ ਹਾਂ ਯਾਰ ਆਪਾਂ ਲਾਈਕ ਕੋਨ ਲੱਗੇ ਹੁਣ ਆਪਾਂ ਨੂੰ ਬਣਾਉਣਾ ਚਾਹੀਦਾ ਕਿਸੇ ਨੇ ਦੱਸਿਆ ਸੀ ਪਹਿਲਾਂ ਕਿ ਇਸ ਤਰ੍ਹਾਂ ਰੀਲ ਬਣਾਓ ਯਾ ਕਿ ਆਪੇ ਜਿਹੜਾ ਦਿਮਾਗ ਚ ਆਇਆ ਕਿ ਇਨ ਨਹੀਂ ਪਹਿਲਾਂ ਮੈਂ ਇੰਸਟਾ ਲਾਈਟ ਚ ਲਾਉਂਦੀ ਹੁੰਦੀ ਸੀ ਤੇ ਉਹਦੇ ਤੇ ਰੀਲਸ ਨਹੀਂ ਬਣਦੀਆਂ ਸੀ ਫਿਰ ਉਹ ਮਤਲਬ ਫਕੁਰ ਕੁੜੀਆਂ ਨੂੰ ਵੇਖਿਆ ਕਿ ਹਾਂ ਇਦਾਂ ਬਣਾਉਂਦੇ ਵੀਡੀਓ ਫਿਰ ਫਿਰ ਬਣਾਉਣ ਲੱਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਦੌਰ ਜਿਹੜਾ ਚੱਲਦਾ ਰਿਹਾ ਫਿਰ ਚੱਲਦਾ ਰਿਹਾ ਫਿਰ ਸਟਾਰਟਿੰਗ ਹੋ ਗਈ ਤੇ ਹਾਂ ਫਿਰ ਧੁਰ ਕੇ ਚੱਲ ਪਈ ਸੌਂਗ ਕਿਹੜਾ ਆ ਰਿਹਾ ਹੈ ਕੋਈ ਬੋਲ ਉਹਦੇ ਕੋਈ ਮਤਲਬ ਮੈਨੂੰ ਸੁਣਾਉਣਾ ਚਾਹੀਦਾ ਓਕੇ ਕੁੜੀ ਦੇ ਐਟੀਟਿਊਡ ਵਾਲਾ ਸੌਂਗ ਹੈ ਹਾਂ ਓਕੇ ਹੋਗੀ ਸੀ ਡਬੇਟ ਸਾਡੀ ਕਿਸੇ ਗੱਲ ਤੋਂ ਹੁਣ ਨਹੀਂ ਮੈਂ ਚੱਕਿਆਂ ਨਾ ਕੀਤਾ ਆਪਣੀ ਕੰਨੀ ਹੱਥ ਲਾ ਕੇ ਇੱਕ ਫੋਟੋ ਮੈਨੂੰ ਭੇਜੀ ਕਹਿੰਦਾ ਮੰਨ ਜੋ ਬੜੇ ਹੀ ਉਹਨੇ ਕੀਤੇ ਜਾ ਆਪਣੀ ਮੇਰੀਆਂ ਫਰੈਂਡਾਂ ਤੋਂ ਨਹੀਂ ਚੰਦਰਾ ਹੁਣ ਲੈਂਦਾ ਮੇਰੀ ਕੱਲੀ ਕੱਲੀ ਸਾਰ ਨੂੰ Google ਤੋਂ ਫਿਰ ਨਹੀਂ ਸਰਚ ਕਰਦਾ ਕਿੱਦਾਂ ਆ ਮਣਾਉਣਾ ਮੁਟਿਆਰ ਨੂੰ ਕਿੰਦ ਦੱਫਰੇ ਜੀ ਇਹ ਨਹੀਂ ਕਾ ਤੋ ਕਰੇ ਅੜੀਆਂ ਕਾ ਤੋ ਇਨਾ ਤੜਫੋਨੀਆ ਤੂ ਯਾਰ ਨੂੰ Google ਤੋਂ ਫਿਰ ਨਹੀਂ ਸਰਚ ਕਰਦਾ ਕਿੱਦਾਂ ਆ ਮਨਾਉਣਾ ਮੁਟਿਆਰ ਨੂੰ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਮੇਂ ਦੇਣ ਲਈ ਸੋ ਇਹ ਸੀ ਸਰਬ ਜੀ ਜਿਹੜੀ ਮਾਲਵੇ ਦੀ ਜਿਹੜੀ ਸਟਾਰ ਹੈ ਅੱਜ ਕੱਲ ਇੰਸਟਾ ਦੀ ਲੇਕਿਨ ਦੇ ਹਾਲਾਤ ਇਸ ਤਰ੍ਹਾਂ ਦੇ ਉਹ ਉਹਦੇ ਨਾਲ ਵੀ ਤੁਹਾਨੂੰ ਰੂਬਰੂ ਕਰਾਇਆ ਕਿ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਇਹ ਜਿਹੜੇ ਹੈਗੀ ਦੀ ਮਦਰ ਤੇ ਸਰਬਜੀਤ ਹੈਗੀ ਜਿਹੜੀ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੇ ਐ ਉਸ ਕੰਮ ਨੂੰ ਜਿਹੜਾ ਨਹੀਂ ਛੱਡਣਾ ਚਾਹੁੰਦੇ ਤਾਂ ਜੋ ਕਿ ਉਹਨਾਂ ਨੂੰ ਉਹ ਚੀਜ਼ ਯਾਦ ਰਵੇ ਕਿ ਅਸੀਂ ਕਿਸ ਥਾਂ ਤੋਂ ਉੱਠਿਆ ਤੇ ਅੱਜ ਜਿਹੜਾ ਹੈਗਾ ਲੋਕ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਪਿਆਰ ਕਰਦੇ ਐ ਫੋਲੋ ਕਰਦੇ ਹੈਗੇ ਉਹ ਵੀ ਜਿਹੜਾ ਕੰਮ ਉਹਨਾਂ ਦਾ ਇਸੇ ਤਰ੍ਹਾਂ ਜਿਹੜਾ ਜਾਰੀ ਰਹੇਗਾ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਆਪਣੇ ਕਮੈਂਟਸ ਦੇ ਨਾਲ ਹੀ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਅੱਜ ਅਸੀਂ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ